ਸਿੰਮੇ ਉਹ ਟਾਈਮ ਹੋ ਗਿਆ ਹੁਣ ਤਾਂ 11 ਭਰ ਗਿਆ ਹੋਣਾ। ਹਾਂਜੀ ਆ ਗਿਆ ਆ ਗਿਆ ਬਸ। ਉਹ ਹਾਂਜੀ ਮੈਨੂੰ ਪਤਾ ਉਹਨੂੰ ਭਰ ਲੈਣ ਦੋ, 2 ਮਿੰਟ ਹੋਰ ਫਿਰ ਬਾਅਦ ਚ ਮੈਂ ਜਾਇਆ ਨਾਲ ਛੋਟੀ ਨੂੰ ਲੈ ਜੀ। ਛੋਟੇ ਤੋਂ ਕੀ ਕਰਾਉਣਾ, ਛੋਟੇ ਨੂੰ ਤੁਸੀਂ ਲੈਣ ਤੋਂ ਨਿਆਰੇ, ਉਹਦੀ ਆਹੀ ਉਮਰ, ਉਹਨੇ ਆਹੀ ਉਮਰ ਚ ਖੇਡਣਾ ਕਰਨਾ, ਵੀ ਛੋਟੇ ਨੂੰ ਰਹਿਣ ਤੋਂ ਮੈਂ ਆਪੀ ਕਰ ਦਿੰਦਾ, ਮੈਂ ਆਪੀ ਕੰਮ ਕਰਿਆ। ਚੱਲ ਜੀ ਮੈਂ ਤੈਨੂੰ ਲੋਟ ਲੱਗ ਅੱਤਾ ਸੁਣਨਾ ਹੀ ਬਹੁਤ ਲੱਗਦਾ, ਬਸ ਬਾਪੂ ਤੋਂ ਪੈਸੇ ਵੰਡ ਦੇਣਾ ਫਿਰ ਚੱਲੀਏ। ਹੈਲੋ ਉਹ ਯਾਰ ਤੁਸੀਂ ਆਏ ਨਹੀਂ, ਤੁਸੀਂ ਟਾਈਮ ਨਹੀਂ ਬਹੁਤ ਲਾਤਾ ਯਾਰ। ਚੱਲ ਹਾਂ ਮੈਂ ਫੜਦਾ ਬਾਪੂ ਤੋਂ ਪੈਸੇ। ਬਾਪੂ 2000 ਰੁਪਇਆ ਦੇਈ ਯਾਰ। ਤੈਂ ਕੀ ਕਰਨੀ ਆ ਯਾਰ? ਮੈਂ ਪਾਸ ਨਹੀਂ ਹੋਇਆ ਸੀਗਾ, ਮੁੰਡੇ ਨੂੰ ਪਾਰਟੀ ਜੀ ਕਰਨੀ ਹੈ ਯਾਰ। ਕੱਲ੍ਹ ਦੇ ਕੰਮਾਂ ਜਾਣਾ ਪੈ ਜੀ? ਨਹੀਂ ਨਹੀਂ ਬਾਪੂ। ਕਿੰਨੇ ਚਾਹੀਦੇ ਆ? 2000 ਰੁਪਇਆ। ਪੈਸੇ ਤਾਂ ਲੈ ਜਾ। ਧਿਆਨ ਨਾ ਮੁੜਿਆ ਜੀ। ਠੀਕ ਆ ਬਾਪੂ। ਹਾਂ ਜੀ ਉਹਨੂੰ ਮੈਂ ਲਾਇਆ ਖੇਤ ਨੂੰ ਪਾਣੀ, ਹਰੇ ਨੂੰ, ਤੇ ਜਿਹੜਾ ਪਿੱਛੇ ਤਾਏ ਵਾਲੇ ਨਾਲ ਲੱਗਦਾ ਅਖੀਰਲਾ ਆਪਣਾ, ਤੇ ਉਹ ਚ ਮੈਂ ਛੱਡਿਆ, ਹੁਣ ਨੱਕਾ ਮੋੜਿਆ ਉਹਦੇ ਕੰਨੀ ਨੂੰ, ਤੇ ਜਦ ਲੈਟ ਨੇ ਭੱਜਣਾ ਜਦ ਤੱਕ ਉਹਨੇ ਭਰ ਜਾਣਾ, ਜਦ ਅਗਲੀ ਵਾਰੀ ਆਊ ਦੇਖੀ ਜਾਵਾਂ। ਟਾਈਮ ਵੀ ਕਾਫੀ ਹੋ ਗਿਆ, ਜਲਦੀ ਦੇਣੇ ਘਰੇ ਆ ਜਾ। ਠੀਕ ਆ, ਆ ਜਾ ਤੈਨੂੰ ਉਡੀਕ ਦਾ ਮੈਂ। ਠੀਕ ਆ ਹੈਲੋ ਕੋਈ ਆ ਜਾਓ ਯਾਰ। ਹਾਂ ਮੋਟਰਸਾਈਕਲ ਲੈ ਕੇ ਆ ਜਾਓ, ਮੇਰੇ ਵਾਲਾ ਭਰਾ ਲੈ ਗਿਆ, ਆਪਾਂ ਖੇਤ ਗੇੜਾ ਮਾਰਕਣਾ ਮਾੜਾ ਜਿਹਾ। ਉਹ ਚੱਲ ਯਾਰ ਆਪਾਂ ਗੱਲਾਂ ਤਾਂ ਮਾਰਦੀਆਂ, ਨਾਲੇ ਲਾਈਟ ਆਈ ਸੀ, ਆਪਾਂ ਖੇਤ ਨੂੰ ਪਾਣੀ ਦੇਖ ਆਉਣਾ ਵੀ ਲੱਗ ਗਿਆ। ਖੇਤ ਤਾਂ ਠੀਕ ਆ, ਤੇਰੇ ਚਾਚੂ ਨੇ ਕਿਵੇਂ ਨੇ ਹੁਣ? ਯਾਰ ਉਹ ਤਾਂ ਖੂੰਜੇ ਲਾਏ ਹੋਇਆ। ਖੂੰਜੇ ਤਾਂ ਲਾਏ ਹੋਇਆ, ਚੱਲ ਆਪਾਂ ਇੱਕ ਹੋਰ ਕਾਰਾ ਕਰਿਆ ਹੋਇਆ। ਕੀ ਯਾਰ ਨੱਕਾ ਵੱਢਿਆ ਹੋਣਾ ਉਹਨਾਂ ਦਾ। ਚੱਲ ਚੱਲ ਫਿਰ ਛੇਤੀ ਚੱਲ, ਟਾਈਮ ਨਹੀਂ ਹੈਗਾ। ਤੇਰੇ ਚਾਚੇ ਦੇ ਮੁੰਡੇ ਆ ਗਏ, ਕੋਈ ਨਾ ਦੇਖ ਲੈਣੇ ਆ, ਜੜਦੇ ਭੱਜ ਗਏ ਓਏ। ਚੱਕ ਦੇਣਾ। ਉਹ ਕੀ ਹੋ ਗਿਆ ਛੋਟੇ? ਨਹੀਂ ਬਾਈ ਯਾਰ ਉਹ ਟਿਕਦੇ ਨੀ ਹੈਗੇ ਯਾਰ, ਉਹਨਾਂ ਨੇ ਅੱਜ ਫੇਰ ਨੱਕਾ ਮੋੜਤਾ ਯਾਰ। ਉਹ ਤੂੰ ਕੋਈ ਨਾ ਠੰਡਾ ਰਹਿ, ਕੋਈ ਨਾ ਆਪਾਂ ਉਹਨਾਂ ਤੋਂ ਛੋਟੇ ਆ, ਆਪਾਂ ਉਹਨਾਂ ਨਾਲ ਲੜਦੇ ਵੀ ਚੰਗੇ ਲੱਗਦੇ, ਠੀਕ ਨੀ ਛੋਟੇ? ਠੰਡਾ ਰਹਿ ਯਾਰ, ਤੂੰ ਵਿੱਚ ਬੋਲਣਾ ਕੌਣ ਨਾ ਸਾਡੇ ਛੋਟੇ ਆ, ਇਹ ਬੋਲਣਾ ਵੀ ਭਾਈ ਆ ਤੇਰਾ ਯਾਰ। ਭਾਈ ਕੋਈ ਕਿਸੇ ਰਾਹ ਸਰਦਾ ਹੋਊਗਾ, ਆਪਣੇ ਘਰ ਦੀ ਗੱਲ ਹੈ, ਵਿੱਚ ਬੋਲਣਾ ਕੌਣ ਹੁੰਦਾ।
ਚੱਲ ਕੋਈ ਨਾ ਗੁੱਸਾ ਨਾ ਕਰ ਦੇਖਦੇ ਕੀ ਕਰਦੇ। ਚਲੋ ਠੀਕ ਆ ਯਾਰ ਬਾਈ। ਚੱਲ ਠੀਕ ਆ ਭਰਾ ਮਿਲਦੇ ਆ ਫਿਰ। ਯਾਰ ਤੂੰ ਇੰਨਾ ਤੱਤਾ ਚੱਲਿਆ ਗਿਆ ਛੋਟੇ ਸਮਝ ਗਿਆ ਨਾ। ਆਰਾਮ ਨਾਲ ਚੱਲ ਕੋਈ ਨਾ ਦੇਖਦੇ ਕੀ ਕਰਦੇ ਨੇ। ਇਹਨਾਂ ਦੋਹਾਂ ਭਾਈਆਂ ਦੇ ਵਿੱਚ ਫਿੱਕ ਨਾ ਪਾਈ, ਮੇਰਾ ਨਾਂ ਵੀ ਜੱਗਾ ਨੇ।